गाल सुनो जी मार साहब। मैं बंदा बड़ा सजना आला ये हां तो मेरे तलक तो मैं बड़ा ही संगत है सारी जिंदगी और का छने बड़ा ये जो मैं पता जी जेड़ा बंदा इत्थे आवे तेरा काम में नस के जा के खिदमत करनी करू चाह पानी उन पिलावना ठीक हो गया मार साहब। हाँ। तो टेंशन ना गिनो मैं इन भाई भाई के वेदा जी में कुत्ते कसाई दर भाई भाई के वेले जी जी हां अस्सलाम वालेकुम ओया भाई। हाँ, बिस्मिल्लाह बिस्मिल्लाह तभी तो ठीक है ठीक ठाक बहो बड़े देर बाद चक्कर लाए यार फिर नु बड़ा दर चढ़िया क्यों ते ओ गुगोट चाह दा हो जाता था एक मिनट चाह यार हौसला तो करे हौसला ईमान दी झाड़ होंदी आई चाह तेन में पिवा आ जा जी मेरे फिरा वास्ते चाह लाया ठीक बस ई जा ना जी वेले कोठरी कूलर फेंक के आंदा और सुना घर बार ठीक ठाक शादी शुदी और खत्म हो गए लोग हार उतर है ना शादी तो तेरा है तलक बड़ा तू वही तो हार शादी तो तेरे को सदे तो पावन बिल्कुल बिल्कुल और महारानी जी हां जी ओ चा डडो देरे ते मेहमान आ गए ने मार साहब भेजे अच्छा चलो उन्हां नु तू छड़ दे ओ जेड़े बड़े ने ना उन्हां नु साइड ते ला मिनट मार साइड ते ला के ना तेनां नु जरा दाना शाना पा ओने चा ता दितिया वा ओहो मैं जो कहंदी पे पहले ओ करना बराबर चाह पिवा ओ भाई जान बिस्कुट के ना बिस्तर दुकान बंद हो भाई है बिस्कुट तेरे खवाने है तेरे घर चल आई आवे यार खाली चाह दे पी सकी ओ जा भाई के भाई तो बिस्कुट दा पता कर अच्छा अच्छा ओ सुना पी ले चाह यार कई तो आख्या भाई नेर ने नहीं चाह पी सकदा मैं चल त शाम होती पे निरन ले आवा था एक मैं खा गया ना और ढिडो तक खावा नहीं देना मेहमान तो हिस्से तो खावा आला आला बिस्कुट आओ जी सिर्फ दो ये दो बच्चे पाए हाँ दो बच्चे पाए तो दो किधर का और खा मेहमान नहीं अगले अच्छा तो यार मैं ठेका चाह मैं माना था मेरी इज्जत कर रहा चाह ही रहा है मैं प्याना भाई मैं बिस्कुट ते चाह ओ यार तू मेरा पुराना मेहमान है ये मेरा सौरा ही कबड़ी दा प्याला दे बंदे तू खा तेरी शायद ढी जावे खा लवेंदी है खा ओ दे ई मार आई दम से टाइम लबर लबर करे ते खला जा पानी लाया मेरे वास्ते ठीक बात है मार गया आ गया जी तो बड़े के गल है तेरे इतने लेट के कर सटे ना ओ मार साहब अंदर वेला ते मरारी काम चले से नहीं है दसो मैं ता आवाज ते चढ़े खलोता तोड़ा काम करा या अंदर मरानी ते करा नहीं नहीं मैं उधर गाल करे ना भाई तू सिर्फ दे रे तेरे या कर ठीक है ਜਿਹੜਾ ਕੁੱਤਾ ਦੇਰੇ ਤੇ ਰੱਖਵਾ ਮੈਂ ਪਿਸਤਾ ਬਾਹਰੇ ਰੱਖੋ ਅੰਦਰ ਤੋਂ ਜੇ ਵੈਂਦਾ ਉਹ ਗਾਲ ਲੈਨੇ ਓਏ ਆਪ ਬੁੱਟਿਆ ਬੜਾ ਦੇ ਆਬਾ ਚੱਕਰ ਲਾਇਆ ਵਾਹ ਭਾਈ ਵਾਹ ਹੋਲ ਜੀ ਆਉਂਦਾ ਹੀ ਲਾਹੌਰ ਹੋ ਨਾ ਕਰ ਬਾਓ ਓਏ ਹਾਂਜੀ ਮਾਰ ਸਾਹਿਬ ਬਿਨਾ ਮੇਰੇ ਵਾਸਤੇ ਚਾਹ ਲਾਇਆ ਤੇ ਜੋੜ ਦਿਆ ਅੱਛਾ ਜੀ ਹੋਰ ਸਾ ਬੁੱਟਾ ਸਾਹਿਬ ਬੜੇ ਲੱਦੇ ਬੰਦੇ ਬੈਟ ਲੈਟਰ ਤੋਂ ਕੰਮ ਜਿਹਾ ਲਾਇਆ ਹੋਇਆ ਉਹ ਬਿਲਕੁਲ ਬਲੀਆਂ ਹੀ ਨਾ ਸਾਡੇ ਤਾਂ ਕਿਸੇ ਲੋੜ ਦੇ ਨਾ ਰਹੀ ਲੈਟਰ ਮਿਲਦੀ ਹੀ ਇਹੋ ਜਿਹੀ ਆਪਣੀ ਉਹ ਇਹ ਜੇ ਕੀ ਕਰੀਏ ਅੱਲਾ ਦੇ ਬੰਦੇ ਸਾਡੇ ਕੰਮ ਹੀ ਨਾ ਆਈਆਂ ਖਿਆਲ ਕੀਤਾ ਕਰ ਜਿਵੇਂ ਸਾਡੇ ਹਾਲਾਤ ਸੁਣਾਉਂਦਾ ਬੈਠਾ ਨਾ ਆਪਣੇ ਘਰ ਦੀ ਕਾਈ ਗੱਲ ਹੀ ਸੁਣਾ ਆਓ ਜੀ ਆਓ ਚਾਹ ਪੀਓ ਬੁੱਟਾ ਸਾਹਿਬ ਆਓ ਜੀ ਓਏ ਗਾਰ ਜੀ ਜੀ ਹੁੱਕਾ ਚਾ ਲਿਆ ਬੈਂਟ ਮਾਰ ਠੀਕ ਹੈ ਮਾਰ ਸਾਹਿਬ ਆ ਬਾਈ ਵਾਹ ਹੋਰ ਸੁਣਾ ਹਲਮਟ ਬਸ ਠੀਕ ਠਾਕ ਇਹ ਸੋਹਣੀ ਦਿੱਤੀ ਪਈ ਹੈ ਖੈਰ ਖੈਰ ਹੋ ਹਾਲਾਤ ਬੜੇ ਖਰਾਬ ਹੋਏ ਖਲੇ ਕਿਉਂ ਲਾਕਡਾਊਨ
ਉੱਤੇ ਦੇ ਮਾਰ ਗਿਆ ਹੈ ਆ ਗਏ ਮਾਰ ਸਾਹਿਬ ਰੱਖ ਚੌਕਾ ਮਾਰ ਸਾਹਿਬ ਹਾਂ ਉਹ ਕੁੱਕੂ ਨਹੀਂ ਆ ਦੇਖ ਨਾ ਤੇਰੇ ਮਾਰ ਸਾਹਿਬ ਦੇ ਪਿਓ ਹੁੱਕਾ ਪੀਤੇ ਕਿ ਮਾਰ ਸਾਹਿਬ ਹੁੱਕਾ ਛਕੇ ਦੇ ਮੈਂ ਕਿ ਬਕਵਾਸ ਨਾ ਕਰ ਮੇਰਾ ਮਾਰ ਸਾਹਿਬ ਸੱਤ ਦਿਨੇ ਚ ਕੋਈ ਨਹੀਂ ਹੋ ਜਾ ਮਾਰ ਕੁੱਕ ਮਾਛੀ ਆਹਾਂ ਕੁੱਕ ਮਾਛੀ ਮੈਂ ਮੋਕ ਲੈਣਾ ਉਹਦੇ ਨਾਲ ਅੱਛਾ ਇੱਥੇ ਬਕਵਾਸ ਨਾ ਕਰ ਆ ਭਾਂਡ ਲਾਵਾਂ ਰੋਟੀ ਖਾਪ ਸਰ ਰੋਟੀ ਰੋਟੀ ਮੈਂ ਖਾਵਣੀ ਹੈ ਕੀਮਾ ਮਟਰ ਹਾਂ ਕੀਮਾ ਮਟਰ ਜਾਂ ਕੀਮਾ ਕਰੇਲਾ ਜਾਂ ਬੁੱਢਾ ਸਾਹਿਬ ਤੂੰ ਸਾਂ ਮਿਹਰਬਾਨ ਉਹ ਜਾ ਯਾਰ ਤੂੰ ਫੈਲਾ ਕਬੂਤਰ ਪਾਣੀ ਪਾ ਕੇ ਵੰਡ ਕਰ ਮਰਾਣੀ ਜੀ ਉਹ ਅੱਗੇ ਮੈਂ ਚਾਹ ਦੇ ਆਇਆ ਤੇ ਬੋਤਲ ਦੇ ਆਇਆ ਉਹ ਆਈਆਂ ਦੋ ਔਰਤਾਂ ਓਏ ਲੱਕ ਆ ਗਿਆ ਔਰਤਾਂ ਜੇ ਜੇ ਆ ਮੈਨੂੰ ਮਾਰ ਸਾਹਿਬ ਆ ਕੇ ਇਲਾਕੇ ਵਾਲੇ ਹਨ ਮੈਂ ਨਹੀਂ ਜਾਣਦਾ ਉਹਨਾਂ ਕੋ ਉਹਨਾਂ ਨੂੰ ਮੈਂ ਬੋਤਲ ਹੀ ਦਿੱਤੀ ਹੈ ਚਾਹ ਦਿੱਤੀ ਹੈ ਉੱਤੋਂ ਫਰੂਟ ਕੇਕ ਹੀ ਦਿੱਤੇ ਨੇ ਬਿਸਕਟ ਹੀ ਦਿੱਤੇ ਨੇ ਹੋਰ ਕੋਈ ਆਏ ਬਣਾ ਦੋ ਬੰਦੇ ਤੇ ਮਾਰ ਸਾਹਿਬ ਆ ਕੇ ਮਰਾਈ ਨੂੰ ਆ ਉਹ ਵੀ ਕੀਮਾ ਮਟਰ ਪਕਾਵੇ ਅੱਛਾ ਜੀ ਹਾਂਜੀ ਕੀਮਾ ਮਟਰ ਬਾਅਦ ਚ ਪਕਾਉਣੀ ਆ ਪਹਿਲਾਂ ਤੂੰ ਇਹ ਪ੍ਰਾਣੀ ਚੁੱਕ ਕੇ ਸਾਈਡ ਤੇ ਲਾ ਤੇ ਮੈਂ ਉਹਨਾਂ ਦੀ ਖਬਰ ਲੈ ਲੈਣੀ ਆ ਅੱਛਾ ਮੈਂ ਤਾਂ ਨਾ ਜੁਲਦਾ ਵਰ ਮੈਂ ਸੱਟ ਕਾਟੇ ਸਾਉ ਚਲੋ ਹੈ ਵਡਾ ਮਾਰ ਬਣਿਆ ਬੜਾ ਘਰੂ ਸ਼ਰਾਤੀ ਕਾਰ ਤੇ ਟੁੱਕੋ ਮਿਲਦੇ ਸੀ ਉਹ ਸਵਾਣੀ ਕੋ ਠੋਸਤੇ ਨਹੀਂ ਲਿਖਦੀ ਇਹਨੇ ਚਬਲ ਬਲ ਸਾਰੀ ਯਾਰ ਤੋਂ ਮੋਟਰਸਾਈਕਲ ਮੋਬਾਈਲ ਚੇਂਜ ਕਰ ਕਰਕੇ ਟੂਨੇ ਕਰ ਕਰਕੇ ਉਹ ਰੰਗ ਕਰਕੇ ਉਹਨਾਂ ਤੇ ਉਹ ਮਾਡੀ ਗਾਟਾ ਤੇ ਰੰਗ ਕਰ ਕਰਕੇ ਵਡਾ ਮੈਂ ਕੌਂਸਲਰ ਬਣਿਆ ਵਾ ਤਾ ਵਾਦਾ ਤੇ ਤੇਰੇ ਡਿੱਡਲ ਤੇ ਲਾਦਾ ਤੇਰੀ ਡੇਕ ਸਰਵਿਸ ਮੈਂ ਕਰ ਵੇਂਦਾ ਉਹ ਬੜੇ ਆਲੂ ਕੀਮਾ ਕੇ ਆਲੂ ਮਟਰ ਤੇਰੇ ਖਵਾ ਦੇ ਗਲੇ ਸੱਤ ਹੁਕਰ ਪਲੀਜ਼ ਕਰ ਰਮਾਈਂਦੇ ਉਹ ਮਾਂ ਜਿਹੜਾ ਨਾ ਸਵਾਣ ਨੂੰ ਛੇਕ ਤੇ ਰੱਖ ਹੋਇਆ ਹੈ ਬੜੇ ਜਿਹੜੇ ਮੇਰੇ ਮਹਿਮਾਨ ਆਉਣ ਉਹਦੀ ਖਿਦਮਤ ਕਰੇ ਦੀ ਉਹਦੀ ਜ਼ਰੂਰਤ ਹੈ ਇੱਥੇ ਨੇੜੇ ਤੇ ਮੇਰੇ ਮਹਿਮਾਨ ਬੈਠੋ ਤੇ ਲਬਰ ਲਬਰ ਕਰੇ ਜਾਂ ਇਤਖਾਬ ਕਰੇ ਹੁਣੇ ਆਲੂ ਮਟਰ ਆਲੂ ਕੀਮਾ ਆਉਣ ਸਵਾਰੀਆਂ ਜਿਹੜੀਆਂ ਲੈ ਆਉਂਦਾ ਨਾ ਕੀ ਉਹ ਕਦੋਂ ਲੈ ਆਉਂਦਾ ਯਾਰ।